ਹੁਣ ਜਿਸ ਜਗ੍ਹਾ ਪਹੁੰਚੇ ਹਾਂ ਅਸਾਂ ਉੱਥੇ ਬਹੁਤ ਸਰਦੀ ਹੈ ਤੇ ਦਰਿਆ ਬੰਗਣਾ ਵਾ ਇੰਨਾ ਭਾਈਰਾਂ ਸੀ ਸਮੋਸੇ ਕੋਈ ਖਵਾਲੇ ਤੇ ਇੱਕ ਬੋਲੇ ਵੀ ਮੱਠੇ ਮੱਠੇ ਨੂੰ ਪਤਾ ਨਹੀਂ ਘਰੂ ਚਾਹ ਵੀ ਕੋਈ ਪੀ ਜਾਏ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਜੀ ਉਮੀਦ ਕਰਨਾ ਤੁਸੀਂ ਸਾਰੇ ਫਿਰ ਤਾਂ ਸੰਗੀਤ ਦਾ ਸਟੇਪ ਚਾਪ ਦਾ ਸਾਰਾ ਕੁਝ ਵਾਸ਼ ਇਸ ਵਕਤ ਇਸ ਵੇਲੇ ਮੈਂ ਮੌਜੂਦ ਹਾਂ ਮੋੜਾ ਹੈ ਨਾ ਦਰਿਆ ਦੇ ਸੱਤੇ ਸ਼ਮੇ ਦਾ ਸੁਰਤ ਕਰੂੰਗਾ ਤੇ ਇਸ ਵੇਲੇ ਤੁਸੀਂ ਮੈਂ ਦੱਸੇ ਤੱਕ ਕਿਸੇ ਨੇ ਇਹ ਕੁਮ ਹੈ ਤਾਰੀਖੀ ਕੁਮ ਸਾਬਕਾ ਜਿਹੜੇ ਇੱਥੇ ਲੋਕ ਬਾਅਦ ਉਹਨਾਂ ਵਾਸਤੇ ਸਪਲਾਈ ਨਾਲ ਵਾਟਰ ਸਪਲਾਈ ਨਾਲ ਇੱਕ ਜ਼ਰੀਆ ਸੀ ਪਾਣੀ ਪਹੁੰਚਾਉਣੇ ਨਾ ਹੁਣ ਜਿੰਨੇ ਅਸੀਂ ਇਸਨੇ ਤੱਕਣੇ ਕਿਆ ਸਰੋਲਾ ਆਤਾ ਹੈ ਤੇ ਆਈ ਜਾਓ ਸਮਝ ਬਿਲਕੁਲ ਜੀ ਅਸਾਂ ਚੰਗੇ ਹਾਂ ਉਸ ਪੌੜੀਆਂ ਪੌੜੀਆਂ ਇਹ ਕਾਫੀ ਜ਼ਿਆਦਾ ਹਨ ਸਰਦੀ ਬਹੁਤ ਜ਼ਿਆਦਾ ਹਨ ਜੀ ਸਿਰਫ ਅਸਾਂ ਤੁਸਾਂ ਨੇ ਮੁਹੱਬਤ ਵਾਸਤੇ ਵੀਡੀਓ ਬਣਾਈ ਲਿਆ ਅਸਾਂ ਸਰਦੀ ਵਿੱਚ ਬਾਹਰ ਰਚਣਾ ਗੈਰ ਮੁਨਾਸਿਬ ਸੀ ਮੈਂ ਕੀ ਹਾਂ ਆਪਣੇ ਆਡੀਅੰਸ ਦੀ ਇੱਕ ਨਵੀਂ ਜਗ੍ਹਾ ਦੱਸੀ ਜਾਏ ਅੱਜ ਇੱਕ ਨਵੀਂ ਜਗ੍ਹਾ ਨਾਲ ਵਿਜ਼ਿਟ ਕਰਿਆ ਜਾਏ ਕੈਮਰਾਮੈਨ ਸਾਹਿਬ ਤੁਸੀਂ ਦੱਸਣ ਕਿ ਇਹ ਤੱਕ ਉਹਦੀ ਪਾਈਪ ਲਾ ਨਾ ਬੜਾ ਜਿਹਾ ਸਪਲਾਈ ਨਾ ਹੋਣਾ ਉਸ ਤੋਂ ਬਾਅਦ ਤਾਰਾਂ ਵਗੈਰਾ ਇਹ ਤੱਕ ਜੀ ਪੁਰਾਣੇ ਦੌਰ ਦੀਆਂ ਚੀਜ਼ਾਂ ਇੱਥੇ ਪਈਆਂ ਨਹੀਂ ਅੱਛਾ ਜੀ ਇਹ ਤੁਸੀਂ ਅਸਾਂ ਜਗ੍ਹਾ ਦੱਸੀ ਹੈ ਜਿਹੜੀ ਤਾਰੀਖ ਜਿਹਾ ਪੁਰਾਣੀ ਜਗ੍ਹਾ ਪੁਰਾਣਾ ਕੁਆਂ ਇਸ ਤੋਂ ਬਾਅਦ ਅਸਾਂ ਇਸ ਸਾਈਡ ਜੁੜਸਾਂ ਨੀਚੇ ਪੁਰਾਣੀਆਂ ਟੈਂਕੀਆਂ ਵਗੈਰਾ ਨੇ ਕਬਸਤਾਨ ਵਗੈਰਾ ਉੱਧਰ ਵੀ ਜੁੜਨੇ ਹਾਂ ਕਣਕਾਂ ਦਾ ਵਿਊ ਬੜਾ ਪਿਆਰਾ ਲੱਗਣਾ ਹੈ ਪਿਆ ਉਸ ਸਾਈਡ ਅੱਗੇ ਕੈਮਰਾ ਮੈਂ ਤੁਸੀਂ ਦੱਸਣ ਤਾਂ ਜੁੜਨੇ ਹੁਣ ਅਸਾਂ ਸਾਈਡ ਤੁਸੀਂ ਦੱਸਣੇ ਹਾਂ ਕਿ ਅੱਜ ਨਾਲ ਇਹ ਖੂਬਸੂਰਤ ਜਿਹਾ ਮੰਜ਼ਰ ਆਈ ਜੋ ਅਸਾਂ ਬਿਲਕੁਲ ਜੀ ਜਿਹੜਾ ਏਰੀਆ ਤੁਸੀਂ ਦੱਸਿਆ ਸੀ ਬਾਇਆ ਸੀ ਕਿ ਅਸਾਂ ਜਾ ਹੀ ਰਹੇ ਹਾਂ ਉਸ ਸਾਈਡ ਪਹੁੰਚੀ ਆਏ ਹਾਂ ਉਹ ਪਾਰਕ ਹੋਇਆ ਜਿੱਥੇ ਅਸਾਂ ਪਹਿਲੇ ਖਲਤੇ ਸਾਂ ਅਸਾਂ ਆਈ ਗਏ ਹਾਂ ਮੋਟਰਸਾਈਕਲ ਵਗੈਰਾ ਖਿਲਾਏ ਨੇ ਹੁਣ ਜਿਲ੍ਹੇ ਹਾਂ ਅਸਾਂ ਅੱਗੇ ਟੈਂਕੀਆਂ ਦਾ ਟੈਂਕੀਆਂ ਕੋਲ ਤੱਕਣੇ ਸੁਣਨੇ ਹਾਂ ਇੱਥੇ ਬਜ਼ੁਰਗ ਇੱਕ ਫਿਰਨੇ ਪਏ ਨੇ ਕੋਸ਼ਿਸ਼ ਕਰ ਸਾਂ ਉਹਨਾਂ ਨਾਲ ਸਲਾਮ ਦੁਆ ਕਰੀ ਔਰ ਮਨਮਾਤ ਹਾਸਿਲ ਕਰਨੇ ਨੇ ਅੱਜ ਅਸਾਂ ਨਾਲ ਨਾਲ ਬਿਲਕੁਲ ਜੀ ਮਗਲਾ ਡੈਮ ਜਦੋਂ ਲੱਗਾ ਉਸ ਟਾਈਮ ਲੋਕ ਇੱਥੋਂ ਜਿਹੜੀ ਅਤੇ ਇਹ ਏਰੀਆ ਛੋੜੀ ਤਾਂ ਗਏ ਨੇ ਇਹ ਸੁਰਲਾ ਹੱਥ ਰਹੀ ਹੈ ਇੱਥੇ ਨਹੀਂ ਇਹ ਟੈਂਕੀ ਸ਼ੰਗ ਜਿਹੜੀ ਜੋ ਕੁਝ ਐਸੀ ਪੌੜੀਆਂ ਛੋੜੀਆਂ ਲੱਗੀਆਂ ਨੇ ਟੈਂਕੀ ਹੈ ਇਸਨੇ ਬਾਕੀ ਇੱਥੇ ਮਿੱਟੀ ਰੁਪਿਆ ਨਾ ਪੁਰਾਣਾ ਮਕਾਨ ਜਿਹੜੇ ਲੋਕਾਂ ਬਾਅਦ ਵਿੱਚ ਜ਼ਰੂਰੀ ਸਮਾਨ ਕੱਢੀ ਖੜਿਆ ਬਿਲਕੁਲ ਜੀ ਇਹ ਬਿਲਕੁਲ ਨਜ਼ਦੀਕ ਇਸ ਸਾਈਡ ਤੋਂ ਦਰਿਆ ਵੀ ਜਾਣਾ ਹੈ ਆਪਾਂ ਅਤੇ ਉਸਨੀ ਵੀ ਪੋਜੀਸ਼ਨ ਤੁਸੀਂ ਦੱਸਾਂ ਬਾਕੀ ਹੈ ਤੱਕੋ ਇਹ ਕੋਈ ਇਮਾਰਤ ਵਗੈਰਾ ਨਹੀਂ ਸਾਇਆ ਇੱਕ ਜਿਹੜਾ ਇੱਥੇ ਮੌਜੂਦ ਹੈ ਇਸ ਵੇਲੇ ਜਿਲ੍ਹੇ ਹੁਣ ਇਸ ਨੇ ਉੱਪਰ ਉੱਪਰਲਾ ਮੰਜ਼ਰ ਤੁਸੀਂ ਥੋੜ੍ਹਾ ਜਿਹਾ ਦੱਸਣਾ ਕਣਕ ਸ਼ੰਕਰ ਖੂਬਸੂਰਤ ਜਿਹਾ ਵਿਊ ਬਿਲਕੁਲ ਜੀ ਮੈਂ ਪੌੜੀਆਂ ਚੜ੍ਹੀ ਉੱਪਰ ਆਇਆ ਟੈਂਕੀ ਨੇ ਮੈਂ ਤੁਸੀਂ ਥੋੜ੍ਹਾ ਮੰਜ਼ਰ ਦੱਸੀ ਹੋਣਾ ਇਸ ਤਰ੍ਹਾਂ ਚਾਰ ਚਾਰ ਤੱਕ ਹੋ ਨਹੀਂ ਰਿਹਾ ਬਾਕੀ ਤੁਸੀਂ ਸਾਹਮਣੇ ਤੱਕ ਹੀ ਸਕਦੇ ਹੋ ਦਰਿਆ ਜਾਣਾ ਪਿਆ ਬੜਾ ਖੂਬਸੂਰਤ ਪਿਆਰਾ ਮੰਜ਼ਰ ਪੇਸ਼ ਕਰਨਾ ਆ ਇਹ ਜਿਹੜੇ ਡੈਮ ਨੇ ਨਜ਼ਦੀਕ ਦਰਿਆ ਨੇ ਨਜ਼ਦੀਕ ਜਿਹੜੇ ਕਣਕਾਂ ਵਗੈਰਾ ਇਹ ਵੀ ਆਪਣੀ ਮਿਸਾਲ ਆਪ ਹੀ ਆਪਣੀ ਖੂਬਸੂਰਤੀ ਨੇ ਅੰਦਰ ਬਾਕੀ ਜਿਲ੍ਹੇ ਹੁਣ ਨੀਚਾ ਡੇ ਦਰਿਆ ਵਾਲੀ ਸਾਈਡ ਤੁਸੀਂ ਦਰਿਆ ਨਾਲ ਵਿਊ ਕਰਾਉਣੇ ਆ ਬਿਲਕੁਲ ਜੀ ਨੀਚੇ ਤੁਸੀਂ ਤੱਕ ਹੀ ਸਕਦੇ ਹੋ ਲੋਕ ਆਪਣੇ ਮਾਲ ਮਵੇਸ਼ੀ ਵਾਸਤੇ ਪੁਰਾਣੀ ਕਣਕ ਉਸ ਤੋਂ ਬਾਅਦ ਸਰਿਆਂ ਇਹ ਕੱਪੜੇ ਪਹਿਨ ਮਿਹਨਤ ਕਰੀ ਰਹੇ ਤਾਂ ਮੌਸਮ ਵੀ ਅਗਰ ਤੁਸੀਂ ਸੁਰਲਾ ਦੱਸੀ ਹੈ ਤਾਂ ਅੱਜ ਇਤਨੀ ਜ਼ਿਆਦਾ ਠੰਡ ਕਹਿਣਾ ਕਿ ਬੰਦਾ ਸੋਚ ਹੀ ਨਹੀਂ ਸਕਣਾ ਆ ਫਿਰ ਵੀ ਮੈਂ ਕਿਹਾ ਆਪਣੇ ਨਜ਼ਰੀਨ ਦੀ ਆਪਣੀ ਖੂਬਸੂਰਤ ਆਡੀਅੰਸ ਦੀ ਇਹ ਖੂਬਸੂਰਤ ਜਿਹਾ ਵਿਊ ਵੀ ਦੱਸਿਆ ਜਾਏ ਔਰ ਅੱਜ ਦਾ ਮੌਸਮ ਵੀ ਇੰਜੋਏ ਕਰਿਆ ਜਾਏ ਬਿਲਕੁਲ ਜੀ ਦਰਿਆ ਆ ਤੁਸਾਂ ਸਾਹਮਣੇ ਬੜਾ ਖੂਬਸੂਰਤ ਔਰ ਪਿਆਰਾ ਜਿਹਾ ਮੰਜ਼ਰ ਪੇਸ਼ ਕਰਨਾ ਪਿਆ ਕੋਸ਼ਿਸ਼ ਕਰਨੇ ਆ ਨੀਚਾ ਜਾਣਾ ਨਹੀਂ ਤੁਸਾਂ ਕੋਲੋਂ ਇਸ ਦਰਿਆ ਨਾਲ ਮੰਜ਼ਰ ਦੱਸਾਂ ਬਿਲਕੁਲ ਜੀ ਅਸਾਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਤੁਸੀਂ ਬਿਆ ਔਰ ਆਪਣੀ ਮੰਜ਼ਿਲ ਵੀ ਪਹੁੰਚੀ ਆਏ ਹਾਂ ਤਾਂ ਹੁਣ ਜਿਸ ਜਗ੍ਹਾ ਪਹੁੰਚੇ ਹਾਂ ਅਸਾਂ ਉੱਥੇ ਬਹੁਤ ਸਰਦੀ ਹੈ ਦਰਿਆ ਬੰਗਣਾ ਵੈ ਇੰਨਾ ਭਾਈਰਾਂ ਸੀ ਸਮੋਸੇ ਕੋਈ ਖਵਾਲੇ ਅਤੇ ਇੱਕ ਬੋਲੇ ਵੀ ਮੱਠੇ ਮੱਠੇ ਨੂੰ ਪਤਾ ਨਹੀਂ ਘਰੂ ਚਾਹ ਵੀ ਕੋਈ ਪੀ ਜਾਏ
ਉਹ ਭਾਈ ਜੀ ਤੁਸੀਂ ਵੀ ਬੋਲਣ ਦੇ ਸੋ ਤਾਂ ਮੈਂ ਬੋਲਸਾਂ ਦਾ ਤੁਸੀਂ ਕਿਸ ਤਰ੍ਹਾਂ ਬੋਲਣ ਦੇ ਆ ਤੁਸੀਂ ਇੱਥੇ ਨੋਨ ਬੋਲੀ ਸਕਨੇ ਮੱਛੀ ਪੋਣੇ ਤੇ ਮੱਛੀ ਪੋਰਸਾਂ ਤੇ ਫਿਰ ਉਹ ਤਲਸਾਂ ਤੇ ਖਾਸਾਂ ਫਿਰ ਤੁਸੀਂ ਵੀਡੀਓ ਬਣਾਈ ਤਾਂ ਦੱਸਾਂ ਬਿਲਕੁਲ ਜੀ ਇਨਸ਼ਾ ਅੱਲਾ ਭਾਈ ਜੀ ਇਹ ਖੁਸ਼ ਹੋਸੀ ਪੂਰੀ ਅੱਛਾ ਮੈਂ ਕੀ ਭਾਈ ਜੀ ਜਿਹੜਾ ਅਸਾਂ ਸਫ਼ਰ ਕੀਤਾ ਔਰ ਇੱਥੇ ਤੱਕ ਪਹੁੰਚੇ ਹਾਂ ਇਹ ਤੁਸੀਂ ਸਫ਼ਰ ਕੈਸਾ ਲਾ ਸਰਦੀ ਦੇ ਬਾਰੇ ਵਿੱਚ ਕਿਆ ਬਣਾ ਚਾਹੁੰਦੇ ਸਫ਼ਰ ਤਾਂ ਬਹੁਤ ਸੋਹਣਾ ਲਾ ਸਰਦੀ ਹੀ ਹੈ ਜੀ ਆ ਜੀ ਆ ਬਰੀ ਵੀ ਨਹੀਂ ਅੱਛਾ ਠੰਡੇ ਠਾਰ ਦਾ ਦਿਲ ਬਹਾਰ ਬਿਲਕੁਲ ਜੀ ਤੁਸਾਂ ਤੱਕ ਖੂਬਸੂਰਤ ਜਿਹਾ ਦਰਿਆ ਦਾ ਖੂਬਸੂਰਤ ਮੰਜ਼ਰ ਖੂਬਸੂਰਤ ਜਿਹਾ ਵਿਊ ਤੋ ਅੱਲਾ ਤੁਸਾਂ ਦਾ ਭਲਾ ਕਰਿਆ ਤਾਂ ਬਾਰਿਸ਼ ਵੀ ਸਟਾਰਟ ਹੋ ਗਈ ਹੈ ਓਹ ਹੋ ਹੋ ਬੜਾ ਜ਼ਬਰਦਸਤ ਮੌਸਮ ਹੈ ਔਰ